ਇਹਨੂੰ ਪੂਰਨ ਸੱਚਾਈ ਲੈਣਾ, ਲੰਚਕ ਮਾਤਰ ਸ਼ੰਕਾ ਨਾ ਕਰਨਾ। ਕੋਈ ਤੱਤੀ ਤਵੀ ਤੇ ਬੈਠੇ ਆਇਆ ਵੀ ਪੂਰਨ ਆਨੰਦ ਚ ਹੈ, ਕੋਈ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਹੋਇਆ, ਕੋਈ ਸੂਲੀ ਤੇ ਟੰਗਿਆ ਹੋਇਆ ਵੀ ਪੂਰਨ ਆਨੰਦ ਦੇ ਚ ਹੈ, ਕੋਈ ਮਖਮਲੀ ਗਦੇਲਿਆਂ ਤੇ ਬੈਠਿਆ ਹੋਇਆ ਵੀ ਜਲਦਾ ਪਿਆ। ਜਿਸ ਦਾ ਧਿਆਨ ਆਪਣੇ ਵਿੱਚ ਹੈ, ਆਪਣੇ ਵਿੱਚ ਚਿੰਤਾ ਹੈ, ਆਪਣੇ ਵਿੱਚ ਦੁੱਖ ਹੈ, ਆਪਣੇ ਵਿੱਚ ਮੌਤ ਹੈ, ਆਪਣੇ ਵਿੱਚ ਬਿਮਾਰੀਆਂ ਨੇ, ਆਪਣੇ ਵਿੱਚ ਰੋਗ ਨੇ, ਆਪਣੇ ਵਿੱਚ ਸੋਗ ਨੇ, ਆਪਣੇ ਵਿੱਚ ਔਗਣ ਨੇ, ਜੋ ਆਪਣੀ ਯਾਦ ਦੇ ਚ ਬੈਠਾ ਹੈ, ਦੁੱਖ ਦੇ ਚ ਬੈਠਾ ਹੈ, ਚਾਹੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੀ ਕਿਉਂ ਨਾ ਹੋਵੇ, ਜੋ ਪਰਮਾਤਮਾ ਦੀ ਯਾਦ ਦੇ ਚ ਬੈਠਾ ਹੈ, ਬੜੇ ਆਨੰਦ ਚ ਬੈਠਾ ਹੈ, ਭਾਵੇਂ ਤੱਤੀ ਤਵੀ ਤੇ ਹੀ ਕਿਉਂ ਨਾ ਬੈਠਾ ਹੋਵੇ, ਭਾਵੇਂ ਸੂਲੀ ਤੇ ਹੀ ਕਿਉਂ ਨਾ ਟੁੱਕੇ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੇ ਧਿਆਨ ਨਾਲ ਸੁਣ ਲੈਣਾ, ਸੇ ਨੰਗੇ ਨੈ ਨੰਗ ਥਾਨੋ ਦਿਸਦੇ ਪਏ ਹੋਣਗੇ, ਬਸਤਾ ਟੂਟੀ ਚੌਕ ਛੌਂਪਰੀ ਚੀਰ ਸਭ ਜੰਨਾ, ਇਹਦੇ ਤੇ ਕੱਪੜੇ ਪਾਟੇ, ਇਹਦੀ ਨਿੱਕੀ ਜਿਹੀ ਝੋਗੀ ਚ ਰਹਿੰਦਾ ਪਿਆ। ਕੁਛ ਬੜੇ ਬੜੇ ਦਾਰਸ਼ਨਿਕ ਲੋਕਾਂ ਨੇ ਲਿਖਿਆ, ਹੈਰਾਨ ਹੋ ਜਾਂਦੇ ਆ, ਇੱਕ ਝੋਗੀ ਚ ਬੈਠਾ ਇਤਨੇ ਆਨੰਦ ਦੇ ਚ, ਇੱਕ ਪਾਟੇ ਹੋਏ ਕੱਪੜਿਆਂ ਚ ਬੈਠਾ ਇਤਨੇ ਆਨੰਦ ਦੇ ਚ। ਦਰਅਸਲ ਆਪਣੀ ਯਾਦ ਦੇ ਚ ਨਹੀਂ ਬੈਠਾ, ਆਪਣੀ ਯਾਦ ਦੇ ਚ ਹੋਵੇ ਤੇ ਦੁਖੀ ਹੋ ਜਾਏਗਾ, ਫਿਰ ਤੇ ਝੁੱਗੀ ਔਖਾ ਕਰੇਗੀ, ਫਿਰ ਤੇ ਪਾਟੇ ਹੋਏ ਕੱਪੜੇ ਪਰੇਸ਼ਾਨ ਕਰਨਗੇ, ਫਿਰ ਤੇ ਬੇਸਵਾਦਾ ਭੋਜਨ ਬੜਾ ਦੁਖੀ ਕਰੇਗਾ। ਆਪਣੀ ਯਾਦ ਹੀ ਨਹੀਂ ਹੈ, ਯਾਦ ਪਰਮਾਤਮਾ ਦੀ, ਆਪਣੇ ਚ ਧਿਆਨ ਹੀ ਨਹੀਂ ਹੈ, ਪਰਮਾਤਮਾ ਦੇ ਚ ਧਿਆਨ ਹੈ। ਤੇ ਜਦ ਪਰਮਾਤਮਾ ਦੇ ਚ ਧਿਆਨ ਹੈ ਤਾਂ ਗਿਆਨ ਵੀ ਪਰਮਾਤਮਾ ਦਾ ਹੈ, ਪਰਮਾਤਮਾ ਦਾ ਧਿਆਨ ਆਪਣੇ ਤੋਂ ਧਿਆਨ ਹਟਾ ਦਿੰਦਾ ਹੈ, ਹਟਾ ਦਿੰਦਾ ਹੈ। ਮਾਂ ਜਦ ਕਬੀਰ ਨੂੰ ਕਹਿੰਦੀ ਹੈ, ਤੂੰ ਬਹੁਤ ਥੋੜਾ ਕੰਮ ਕਰਦਾ, ਇਹਦੇ ਨਾਲ ਥੋੜੇ ਪੈਸੇ ਆਉਂਦੇ ਨੇ, ਇਹਦੇ ਨਾਲ ਘਰ ਦੀ ਉਪਜੀਵਿਕਾ ਨਹੀਂ ਚੱਲਦੀ, ਜ਼ਿਆਦਾ ਕੰਮ ਕਰਿਆ ਕਰ। ਕਬੀਰ ਕਹਿੰਦੇ, ਮਾਂ ਅਜੇ ਮੇਰਾ ਧਿਆਨ ਐਸਾ ਪੱਕਾ ਨਹੀਂ ਹੈ ਕਿ ਕੰਮ ਕਰਦਿਆਂ ਹੋਇਆਂ ਮੈਂ ਆਪਣੇ ਧਿਆਨ ਨੂੰ ਪਰਮਾਤਮਾ ਚ ਜੋੜ ਸਕਾਂ, ਅਜੇ ਮੇਰੀ ਮਤ ਪੱਕੀ ਨਹੀਂ ਹੈ। ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸਰੇ, ਜਦ ਮੈਂ ਕੱਪੜਾ ਬਣਦਾ ਤਾਂ ਧਿਆਨ ਮੇਰਾ ਇਹਦੇ ਚ ਹੋ ਜਾਂਦਾ, ਤਾਂ ਧਿਆਨ ਪਰਮਾਤਮਾ ਤੋਂ ਹਟ ਜਾਂਦਾ। ਹੁਣ ਮੈਂ ਫਿਰ ਜੋ ਹੈ ਅਰਜ਼ ਕਰਾਂ, ਜਿਤਨਾ ਆਪਣੇ ਵਿੱਚ ਧਿਆਨ ਗਹਿਰਾ ਹੋਵੇਗਾ ਉਹ ਮਨੁੱਖ ਉਤਨਾ ਹੀ ਚਿੰਤਾ ਤੁਰ ਹੋਵੇਗਾ, ਉਤਨਾ ਹੀ ਚਿੰਤਾ। ਧਿਆਨ ਆਪਣੇ ਵਿੱਚ ਜਿਤਨਾ ਗਹਿਰਾ ਹੋਵੇਗਾ ਉਤਨਾ ਹੀ ਦੁਖੀ ਹੋਵੇਗਾ, ਕਿਉਂ? ਸਾਗਰ ਲਹਿਰਾਂ ਤੋਂ ਬਿਨਾਂ ਹੁੰਦਾ ਹੀ ਨਹੀਂ, ਸੰਸਾਰ ਚਿੰਤਾਵਾਂ ਤੋਂ ਬਿਨਾਂ ਹੁੰਦਾ ਹੀ ਨਹੀਂ, ਸਾਗਰ ਲਹਿਰਾਂ ਤੋਂ ਬਿਨਾਂ ਹੁੰਦਾ ਹੀ ਨਹੀਂ, ਸੰਸਾਰ ਦੁੱਖਾਂ ਤੋਂ ਬਿਨਾਂ ਹੁੰਦਾ ਹੀ ਨਹੀਂ, ਆਉਂਦਾ ਹੀ ਨਹੀਂ। ਸਾਗਰ ਲਹਿਰਾਂ ਤੋਂ ਬਿਨਾਂ ਹੁੰਦਾ ਹੀ ਨਹੀਂ, ਸੰਸਾਰ ਪਰੇਸ਼ਾਨੀਆਂ ਤੋਂ ਬਿਨਾਂ ਹੁੰਦਾ ਹੀ ਨਹੀਂ। ਆਪਣੀ ਯਾਦ ਵਿੱਚ ਪਰੇਸ਼ਾਨੀ ਪਰੇਸ਼ਾਨੀ, ਆਪਣੇ ਵਿੱਚ ਧਿਆਨ ਤੇ ਦੁੱਖ ਹੀ ਦੁੱਖ। ਜੈਸੇ ਕੋਈ ਧਿਆਨ ਸ਼ਬਦ ਦੇ ਜੋੜਦਾ ਹੈ, ਸ਼ਬਦ ਦੀ ਧੁਨ ਵਿੱਚ, ਇਹੀ ਪਰਮਾਤਮਾ ਦੀ ਆਵਾਜ਼ ਵਿੱਚ ਧਿਆਨ ਜੋੜਨਾ, ਜੈਸੇ ਜੈਸੇ ਧਿਆਨ ਪਰਮਾਤਮਾ ਦੇ ਜੁੜੇਗਾ ਵੈਸੇ ਵੈਸੇ ਧਿਆਨ ਆਪਣੇ ਤੋਂ ਹਟੇਗਾ। ਮੈਂ ਦੇਖਦਾ ਸੰਸਾਰ ਦੇ ਭਰਮਣ ਕਰਦਿਆਂ ਕਈਆਂ ਨੂੰ ਇਹ ਗੱਲ ਬੜੀ ਗਹਿਰੀ ਪਕੜ ਦੇ ਚ ਆ ਜਾਂਦੀ ਹੈ, ਤੇ ਮੈਨੂੰ ਕਹਿੰਦੇ ਗਿਆਨੀ ਜੀ ਹੁਣ ਸਾਨੂੰ ਸਮਝ ਆ ਗਈ ਕਿ ਸੂਲੀ ਤੇ ਚੜਿਆ ਕੋਈ ਹੱਸਦਾ ਕਿਵੇਂ ਪਿਆ, ਤੱਤੀ ਤਵੀ ਤੇ ਬੈਠਿਆ ਕੋਈ ਮੁਸਕਰਾਉਂਦਾ ਕਿਵੇਂ ਪਿਆ, ਬੰਦ ਬੰਦ ਕੱਟੇ ਜਾ ਰਹੇ ਨੇ ਕੋਈ ਹੱਸਦਾ ਕਿਵੇਂ ਪਿਆ, ਦੀਵਾਰਾਂ ਦੇ ਚਿਣਿਆ ਜਾ ਰਿਹਾ ਕੋਈ ਮੁਸਕਰਾ ਕਿਸ ਤਰ੍ਹਾਂ ਰਿਹਾ। ਇਹ ਸਾਨੂੰ ਹੁਣ ਪਤਾ ਚੱਲਿਆ, ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਫਿਰ ਦੁਹਰਾਵਾਂ। ਜਿਤਨਾ ਧਿਆਨ ਆਪਣੇ ਵਿੱਚ ਹੋਵੇਗਾ ਉਤਨਾ ਹੀ ਦੁੱਖ ਹੋਵੇਗਾ,
अपने च ध्यान जितना गहरा हुंदा जाएगा उतनी चिंता उतनी परेशानी उतना कलेश उतना संताप। जैसे ध्यान परमात्मा दे चोवेगा अपने तो ध्यान हट जाता है। परमात्मा आनंद स्वरूप है फिर आनंद ते बन जाता है दुख नहीं क्यों अपने विच ध्यान ही कोई नहीं ध्यान परमात्मा च है। इन्हों विद्वान इंज भी कहते हैं जितना कोई मनुख ध्यान परमात्मा दे जोड़ता है और जोड़ ही जाता है उतना परमात्मा ते प्रगट हो ही जा रहा है मनुख मिटदा जा रहा है मिटदा जा।